पंजाब दे विच पंजाब पुलिस दे वल्लों नशियां दे वगदे दरिया नूं रोकण दे लई पुलिस वल्लों हर रोज़ अनेकां ही मामले दर्ज कीते जा रहे ने अते नशा तस्करां दे खिलाफ सख्त कार्रवाई कीती जा रही है, जिस दे तहत नाभा ब्लाक दा पिंड रोहटी छन्ना ओह पिंड है जिथे दूर दूर तक इस पिंड दे व्यक्ति अते औरतां नशे दी दलदल दे विच तसे होए ने अते नौजवान पीढ़ी नूं बर्बाद करन दे लगे होए हन। पुलिस दे वल्लों इन्हां परिवारां दे खिलाफ अनेकां ही मामले दर्ज कर सलाखां दे पिछे भी पहुंचाए गए ने, पर फिर भी इह परिवार नशे दी लत तों मूंह नहीं मोड़ रहे। पुलिस दे वल्लों इन्हां परिवारां ते नज़र रखण दे लई दर्जना ही तीजी अख जाने कि सीसीटीवी कैमरे लगा दिते गए ने। नाभा दे डीएसपी राजेश शिबर ने कहा कि नशे दे खात्मे दे लई उन्हां दे वल्लों इह कदम चुकिया गया है। ਹੈਗਾ ਪਿੰਡ ਰੋਟੀ ਜੋ ਨਾਭਾ ਸੌੜੀ ਇੰਚ ਪੈਂਦਾ ਹੈਗਾ, ਇਹ ਬੜਾ ਹੀ ਬਦਨਾਮ ਪਿੰਡ ਹੈ। ਇੱਥੇ ਆਮ ਸੈਂਸੀ ਬਰਾਦਰੀ ਰਹਿੰਦੀ ਹੈ, ਸੈਂਸੀ ਬਰਾਦਰੀ ਦੇ ਘੱਟੋ ਘੱਟ ਕਰੀਬ ਇੱਥੇ 100 ਘਰ ਹੋਣਗੇ ਅਤੇ ਜਿਹੜੇ ਕਿ ਨਸ਼ਾ ਬਹੁਤ ਵੇਚਦੇ ਸੀਗੇ। ਇਹਨਾਂ ਦੇ ਦਿਨ ਪ੍ਰਤੀ ਦਿਨ ਸਖਤੀਆਂ ਹੋ ਰਹੀਆਂ ਨੇ ਅਤੇ ਨਸ਼ਾ ਬੰਦ ਕਰਨ ਦੀ ਮੁਹਿੰਮ ਨੂੰ ਲੈ ਕੇ ਜੋ ਮਾਨਯੋਗ SSP ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਹੋਏ ਨੇ ਉੱਚ ਅਫਸਰ ਵੱਲੋਂ, ਉਹਦੇ ਸੰਬੰਧ ਵਿੱਚ ਅਸੀਂ ਇੱਥੇ CCTV ਕੈਮਰੇ ਲਵਾਏ ਨੇ, ਦਰਜਨਾਂ ਹੀ ਕੈਮਰੇ ਲਵਾਏ ਨੇ, ਕਿਉਂਕਿ ਇਹਨਾਂ 'ਤੇ ਖੌਫ ਬਣਿਆ ਰਹੇ, ਡਰ ਬਣਿਆ ਰਹੇ ਅਤੇ ਸਾਡੀ ਨਿਗਾਹ ਰਹੇ 24 ਘੰਟੇ। ਅਸੀਂ ਤੁਸੀਂ ਦੇਖ ਰਹੇ ਹੋ ਜਿਵੇਂ ਆਹ ਅਸੀਂ ਲਵਾਏ ਨੇ ਕੈਮਰੇ, ਉੱਧਰ ਵੀ ਲਵਾਏ ਨੇ ਅਸੀਂ, ਅਤੇ ਇਸ ਕਰਕੇ ਅਸੀਂ ਇਹਨੂੰ ਨਸ਼ੇ ਨੂੰ ਠੱਲ ਪਾਉਣ ਲਈ ਤਾਂ ਕਿ ਨਸ਼ਾ ਨਾ ਵਿਕ ਸਕੇ, ਇਸ ਕਰਕੇ ਅਸੀਂ ਇਹਨਾਂ 'ਤੇ ਇੱਥੇ CCTV ਕੈਮਰੇ ਲਵਾਏ। ਸਾਲ 'ਚ ਕਿੰਨੇ ਕੁ ਮੁਕੱਦਮੇ ਜਿਹੜੇ ਦਰਜ ਹੋ ਚੁੱਕੇ ਆ, ਕਿੰਨੇ ਕੁ ਆਰੋਪੀ ਜਿਹੜੇ ਫੜੇ ਵੀ ਗਏ ਆ? ਸਾਲ 'ਚ ਕਰੀਬ ਸਾਡੇ ਇੱਥੇ 50 ਕੁ ਪਰਚੇ ਦਰਜ ਹੋ ਗਏ ਨੇ ਅਤੇ ਅਸੀਂ ਫੜ ਕੇ ਜੇਲ੍ਹਾਂ 'ਚ ਦੇਈ ਜਾਂਦੇ ਹਾਂ। ਕਰੀਬ ਇਹਨਾਂ ਦੇ ਖਿਲਾਫ਼ ਬਹੁਤ ਪਰਚੇ ਦਰਜ ਹੋਏ ਹੋਏ ਨੇ। ਪਹਿਲਾਂ ਇਹ ਭੁੱਖੀ ਦਾ ਕਰਦੇ ਹੁੰਦੇ ਸੀ ਜ਼ਿਆਦਾ, ਹੁਣ ਪਰ ਜਿਵੇਂ ਸਮੈਕ ਹੈ ਚਿੱਟਾ ਉਹ ਛੋਟਾ ਹੈਗਾ, ਜਿਵੇਂ ਬਿੱਟ 'ਚ ਦਿੰਦੇ ਨੇ ਕਿਸੇ ਨੂੰ ਉਹਦਾ ਪਤਾ ਨਹੀਂ ਲੱਗਦਾ। ਇਸੇ ਕਰਕੇ ਹੀ ਅਸੀਂ ਕੈਮਰੇ ਲਵਾਏ ਨੇ ਸਾਨੂੰ, ਕਿਉਂਕਿ ਪਤਾ ਨਹੀਂ ਸੀ ਲੱਗਦਾ, ਕਿਉਂਕਿ ਇਹਨਾਂ ਦੀਆਂ ਜ਼ਿਆਦਾ ਆਮ ਤੌਰ ਲੇਡੀਜ਼ ਜ਼ਿਆਦਾ ਕੰਮ ਕਰਦੀਆਂ ਨੇ। ਇਸ ਕਰਕੇ ਅਸੀਂ ਇਹਨਾਂ 'ਤੇ ਲੇਡੀ ਫੋਰਸ ਨਾਲ ਅਸੀਂ ਇਹ ਤੋਂ ਬਗੈਰ ਅਸੀਂ ਆਪਣਾ ਇੱਥੇ ਪੱਕਾ ਨਾਕਾ ਵੀ ਲਾਇਆ ਹੋਇਆ ਸਾਡੇ ਰੋਟੀ ਚੌਂਕੀ ਤੋਂ ਮੁਲਾਜ਼ਮ ਪੱਕੇ ਹੀ ਲੱਗੇ ਹੋਏ ਨੇ, ਦਿਨ ਸਵੇਰ ਤੋਂ 6 ਵਜੇ ਤੋਂ ਲੈ ਕੇ ਰਾਤ ਦੇ 9-10 ਵਜੇ ਤੱਕ ਅਸੀਂ ਲਾ ਕੇ ਰੱਖਦੇ ਹਾਂ, ਕਿਉਂਕਿ ਜਿੰਨਾ ਚਿਰ ਆਵਾਜਾਈ ਨਹੀਂ ਘੱਟਦੀ ਅਸੀਂ ਇੱਥੇ ਬੰਦੇ ਲਾ ਕੇ ਰੱਖਦੇ ਹਾਂ। ਕਿਸ ਤਰ੍ਹਾਂ ਦੇ ਢੰਗ ਤਰੀਕੇ ਅਪਣਾਉਂਦੇ ਸੀਗੇ ਨਸ਼ਾ ਤਸਕਰੀ ਕਰਨ ਵੇਲੇ? ਕਿਸ ਤਰ੍ਹਾਂ ਇਹ ਜਿਵੇਂ ਲੇਡੀਜ਼ ਨੇ ਅੰਡਰ ਗਾਰਮੈਂਟਸ ਲੁਕੋ ਕੇ ਨਸ਼ਾ ਤਸਕਰੀ ਕਰਦੀਆਂ ਨੇ, ਵੇਚਦੀਆਂ ਨੇ। ਜਿਵੇਂ ਕੋਈ ਬੰਦਾ ਭਾਦਸੋ ਸਾਈਡ ਤੋਂ ਨਾਭਾ ਨੂੰ ਆਉਂਦਾ ਜਾਂ ਨਾਭਾ ਤੋਂ ਭਾਦਸੋ ਵੱਲ ਨੂੰ ਜਾਂਦਾ ਹੈ, ਇੱਥੇ ਰੋਕ ਕੇ ਲੈਂਦਾ ਹੈਗਾ, ਰੋਕਦੇ ਹੈਗਾ, ਮੂਵਮੈਂਟ ਹੁੰਦੀ ਹੈ, ਲੋਕਾਂ ਦੀ ਵੀ ਸ਼ਿਕਾਇਤ ਹੁੰਦੀ ਹੈ। ਇਸੇ ਕਰਕੇ ਅਸੀਂ ਕੈਮਰੇ ਲਵਾਏ ਨੇ ਵੀ, ਅਸੀਂ ਉਹਨੂੰ ਦੇਖਦੇ ਰਹਿੰਦੇ ਹਾਂ, ਵਾਚ ਕਰਦੇ ਰਹਿੰਦੇ ਹਾਂ, ਅਗਰ ਕੋਈ ਵੀ ਹੁੰਦਾ ਅਸੀਂ ਉਹਦੇ ਫੌਰਨ ਐਕਸ਼ਨ ਲੈਂਦੇ ਹਾਂ। ਸਪੈਸ਼ਲ ਕੰਟਰੋਲ ਰੂਮ ਵੀ ਬਣਾਇਆ ਗਿਆ ਜਿਹੜਾ ਹੈਗਾ ਨਿਗਰਾਨੀ ਵਾਸਤੇ, CCTV ਕੈਮਰਾ ਨਿਗਰਾਨੀ ਵਾਸਤੇ? ਹਾਂਜੀ ਹਾਂਜੀ, ਅਸੀਂ ਕੰਟਰੋਲ ਰੂਮ ਇਹੀ ਇੱਥੇ ਬਣਾਇਆ ਹੈਗਾ, ਸਾਡੀ ਚੌਂਕੀ ਇੱਥੇ ਰੱਖਿਆ ਹੋਇਆ ਹੈਗਾ, ਇੱਥੇ ਇਹਦਾ ਸਾਰਾ ਸਾਡੇ ਕੋਲ ਰਿਕਾਰਡ ਰਹਿੰਦਾ ਹੈਗਾ, ਅਸੀਂ ਬੈਕਅਪ ਅਸੀਂ ਦੇਖਦੇ ਰਹੇ। ਕੈਮਰੇ ਲੱਗਣ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਮੂਵਮੈਂਟ ਕੋਈ ਆਈ ਸਾਹਮਣੇ, ਕਿਸ ਤਰ੍ਹਾਂ ਵੀ ਹੁਣ ਕੋਈ ਇਹਨਾਂ ਨੇ ਕੋਈ ਨਵਾਂ ਤਰੀਕਾ ਬਣਾਇਆ ਹੋਵੇ ਕੋਈ ਇੱਦਾਂ ਦਾ? ਨਹੀਂ, ਫਿਲਹਾਲ ਕੋਈ ਨਹੀਂ ਆਈ, ਬਟ ਇਹ ਹੈ ਨਵਾਂ ਤਰੀਕਾ ਇਹੀ ਹੋ ਸਕਦਾ ਵੀ ਇਹ ਇੱਥੇ ਨਹੀਂ ਕਰਦੇ ਹੋਣਗੇ, ਹੁਣ ਇੱਥੋਂ ਗਾਹੇ ਵਗਾਹੇ ਬਾਹਰ ਅੰਦਰ ਜਾਂਦੇ ਹੋਣਗੇ, ਬਟ ਸਾਡੀ ਨੌਲੇਜ 'ਚ ਨਹੀਂ ਹੈਗਾ, ਇੱਥੇ ਨਹੀਂ, ਅਸੀਂ ਆਪਦੇ ਏਰੀਏ 'ਚ ਨਹੀਂ ਕਰਦੇ ਉਹਨਾਂ ਨੂੰ। ਐਕਚੁਅਲੀ ਸ਼ਾਮਲਟ ਜਗ੍ਹਾ ਨੇ ਜੀ, ਪਿੰਡ ਦੀਆਂ ਪੰਚਾਇਤੀ ਸ਼ਾਮਲਟ ਜਗ੍ਹਾ ਨੇ, ਉਹਨੇ ਜਿੰਨੇ ਘਰ ਨੇ ਅਤੇ ਜੇ ਕਿਸੇ ਦਾ ਰਜਿਸਟਰੀ ਹੋਇਆ ਅਸੀਂ ਉਹਨਾਂ ਦੀ ਪ੍ਰੋਪਰਟੀ ਵੀ ਸੀਜ਼ ਕਰਾਵਾਂਗੇ। ਪਿੱਛੇ ਜੇ ਸੀਗਾ ਵੀ ਜੇ ਨਸ਼ਾ ਤਸਕਰ 'ਚ ਕੋਈ ਫੜਿਆ ਜਾਂਦਾ ਤਾਂ ਉਹਦੀ ਪ੍ਰੋਪਰਟੀ ਅਟੈਚ ਹੁੰਦੀ ਹੈ, ਇੱਦਾਂ ਦੇ ਮਾਮਲੇ ਇਹਨਾਂ ਨਾਲ ਵੀ ਇੱਥੇ ਵੀ ਅਟੈਚ ਕੀਤੀਆਂ ਗਈਆਂ ਪ੍ਰੋਪਰਟੀਆਂ? ਪ੍ਰੋਪਰਟੀਆਂ ਅਸੀਂ ਕੀਤੀਆਂ ਨੇ ਪਿੱਛੇ ਜੇ, ਅਸੀਂ SSP ਸਾਹਿਬ ਦੀਆਂ ਜੋ 3-4 ਹੈਗੇ ਨੇ ਅਸੀਂ ਜਿਹਨਾਂ ਦੀਆਂ ਇੱਥੇ ਪ੍ਰੋਪਰਟੀ ਅਟੈਚ ਕਰਾ ਚੁੱਕੇ ਹਾਂ। ਬੰਦਾ ਜੀ ਬੰਦ ਹੋਣਾ ਚਾਹੀਦਾ ਸੀ ਬਸ। ਹਾਂਜੀ,
ਆਪਾਂ ਤਾਂ ਜੀ ਐਡਮੋਟਸ ਕੋਰਸ ਲੱਗੇ ਹੋਏ ਹਾਂ ਜੀ, ਕੰਮ ਕਰਦੇ ਹਾਂ ਜੀ। ਐਂ ਕਹਿੰਦਾ ਚਲੋ ਮੈਂ ਵੀ ਇਹਨਾਂ ਨਾਲ ਮੁੰਡਾ ਹੀ ਹਾਂ ਜੀ, ਹੁੰਦਾ ਹੀ ਹਾਂ, ਪਰ ਆਪਾਂ ਇਹੋ ਜਿਹਾ ਕੰਮ ਨਹੀਂ ਕਰਾਂਗੇ ਜੀ। ਅੱਜ ਨਾ 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 ਬਦਨਾਮ ਤਾਂ ਤੁਹਾਡੀ ਬਰਾਦਰੀ ਸਾਰੀ ਹੁੰਦੀ ਹੈ ਨਾ, ਬਦਨਾਮ ਹੁੰਦੀ ਹੈ ਜੀ। ਹਾਂ ਹਾਂ, ਕਿੰਨੇ ਟਾਈਮ ਤੋਂ ਚੱਲਦਾ ਸੀ? ਤੁਹਾਨੂੰ ਪਤਾ ਜੀ ਪਹਿਲਾਂ ਜੀ ਦਾਦੇ ਬੜਾ ਦੇ ਚੋਰੀਆਂ ਕਰਦੇ ਤੇ ਜੀ, ਦੇਖੋ ਜੀ ਤੁਹਾਨੂੰ ਪਤਾ ਜੀ। ਨਹੀਂ ਪਹਿਲਾਂ ਤੁਸੀਂ ਭੁੱਕੀ ਵੇਚਦੇ ਤੇ ਫਿਰ ਅਫੀਮ ਆ ਗਈ, ਹੁਣ ਸਮੈਕ ਸਮੈਕ ਸਾਰਿਆਂ ਨਾਲੋਂ ਜ਼ਿਆਦਾ ਖਤਰਨਾਕ ਆ। ਨੌਜਵਾਨ ਪੀੜ੍ਹੀ ਦਿਨੋ ਦਿਨ ਮਰ ਵੀ ਰਹੀ ਆ, ਮਰਦੇ ਨੇ ਮਰਦੇ ਜੀ। ਤੁਹਾਨੂੰ ਪਤਾ ਜੀ ਕਿਹੋ ਜਿਹਾ ਮਾਹੌਲ ਚੱਲ ਰਿਹਾ, ਤੁਹਾਨੂੰ ਪਤਾ ਜੀ ਆਪਾਂ ਤੱਕ ਇਹੋ ਜਿਹਾ ਕੰਮ ਕੀਤਾ ਨਹੀਂ ਕਰਨਾ ਕਰਨਾ। ਆਪਾਂ ਆਪਾਂ ਸਕੂਲ 'ਚ ਲੱਗੇ ਹਾਂ, ਇੱਕ ਨੰਬਰ ਦਾ ਇੱਕ ਨੰਬਰ ਦੀ ਕਮਾਈ ਹੁੰਦੀ ਜੀ। ਖਾਂਦੇ ਬੜੇ ਖੜੇ ਸਮੈਕ ਸਮੈਕ ਪੀਂਦੇ ਤੇ ਜੀ ਮਰ ਗਏ ਸਾਰੇ ਜੀ, ਘੱਟੋ ਘੱਟ 20 ਬੱਚੇ ਬੰਦੇ ਤੇ ਜੀ ਮਰ ਗਏ ਵਿੱਚ ਤਾਏ ਵਿੱਚ ਚਾਚੇ। ਸਬਕ ਤਾਂ ਲੈਣਾ ਚਾਹੀਦਾ, ਜਦੋਂ ਉਹਨਾਂ ਦੇ ਪਰਿਵਾਰ ਖਤਮ ਹੋ ਗਏ ਦੂਜਿਆਂ ਨੂੰ ਕਿਉਂ ਬਰਬਾਦ ਕਰ ਰਹੇ ਨੇ? ਆਪਾਂ ਨੂੰ ਸਮਝ ਨਹੀਂ ਆਉਂਦੀ ਜੀ, ਬਸ ਮੇਰਾ ਤੁਹਾਨੂੰ ਪਤਾ ਜੀ ਆਪਣਾ ਇੱਕ ਦੇਸੀ ਜਿਹੇ ਬੰਦੇ ਆ ਜੀ ਸੁਪਨਾ। ਸਤਿ ਸ਼੍ਰੀ ਅਕਾਲ, ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਯੂਟਿਊਬ 'ਤੇ।